हाँ जी, हो गई। सत ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਸੁਖਨਾਲ, ਤੁਹਾਡਾ ਵੀਰ, ਤੁਹਾਡਾ ਭਰਾ। ਅੱਜ ਇਸ ਰੋਡ 'ਤੇ ਖੜਾ ਜਿਹੜੀ BRS ਨਗਰ ਨੂੰ ਜਾਂਦੀ ਆ, ਈ ਬਲੋਕ ਨੂੰ। ਮੈਂ ਰਸਤੇ ਜਾਂਦੇ ਹੋਏ ਕੁਛ ਫੜਿਆ ਹੋਇਆ ਭਾਅ ਜੀ ਦੇ ਕੋਲ ਸਾਈਨ ਬੋਰਡ ਦੇਖੇ ਸੀਗੇ, ਇਹਦੇ 'ਤੇ ਕੁਛ ਲਿਖਿਆ ਹੋਇਆ ਸੀ, ਪਲੀਜ਼ ਹੈਲਪ, ਇਲਾਜ ਲਈ ਬੇਨਤੀ। ਨੰਬਰ ਲਿਖੇ ਹੋਏ ਆ, ਨਾਮ ਲਿਖਿਆ ਹੋਇਆ ਵੀਰ ਦਾ, ਜਿਹੜੇ ਬੰਦੇ ਦਾ ਐਕਸੀਡੈਂਟ ਹੋਇਆ ਵਾ, ਕਿਸੇ ਚੀਜ਼ ਨਾਲ ਉਹਦਾ ਐਕਸੀਡੈਂਟ ਹੋ ਗਿਆ ਸੀ ਅਤੇ ਲੱਤਾਂ 'ਚ ਫ੍ਰੈਕਚਰ ਹੋ ਗਿਆ ਸੀ ਭਾਅ ਜੀ। ਅਤੇ ਉਹ ਫ੍ਰੈਕਚਰ ਕਰਕੇ ਫਿਰ ਉਹਨੂੰ ਐਡਮਿਟ ਕੀਤਾ ਗਿਆ ਅਤੇ ਡਾਕਟਰ ਕੋਲ ਬਹੁਤ ਖਰਚਾ ਹੋ ਰਿਹਾ ਵਾ। ਔਰ ਮੈਂ ਐਸੀ ਔਰਗਨਾਈਜੇਸ਼ਨ ਚਲਾ ਰਿਹਾ ਸ਼ੁਰੂ ਤੋਂ, ਅਤੇ ਮੇਰੀ ਵੀ ਬਹੁਤ ਭਾਵਨਾ ਰਹਿੰਦੀ ਹੈ ਕਿ ਇਹੋ ਜਿਹੇ ਕੰਮਾਂ 'ਚ ਜੁੜਿਆ ਜਾਵੇ, ਯੋਗਦਾਨ ਦਿੱਤਾ ਜਾਵੇ ਇਹੋ ਜਿਹੇ ਕੰਮਾਂ ਦੇ ਵਿੱਚ, ਕਿਉਂਕਿ ਅਸੀਂ ਲੋਕ ਮੰਦਰਾਂ ਮਸਜਿਦਾਂ ਦੇ ਵਿੱਚ ਜਾ ਕੇ ਬਹੁਤ ਦਾਨ ਕਰਦੇ ਹਾਂ, ਬਹੁਤ ਕੁਛ ਕਰਦੇ ਹਾਂ, ਬਟ ਅਸੀਂ ਜਦੋਂ ਜਿੱਥੇ ਜ਼ਰੂਰਤ ਹੁੰਦੀ ਹੈ ਉੱਥੇ ਅਸੀਂ ਦਿੰਦੇ ਨਹੀਂ। ਪਰ ਐਕਚੁਅਲ 'ਚ ਇਨਸਾਨੀਅਤ ਜਿਹੜੀ ਆ ਮਰ ਚੁੱਕੀ ਹੈ, ਜਦ ਤੱਕ ਇਨਸਾਨੀਅਤ ਨੂੰ ਅਸੀਂ ਨਹੀਂ ਜਗਾਵਾਂਗੇ ਮੈਨੂੰ ਲੱਗਦਾ ਨਹੀਂਗਾ ਕਿ ਇਹ ਚੀਜ਼ਾਂ ਸੌਟ ਹੋ ਸਕਣਗੀਆਂ। ਇੱਕ ਦੂਜੇ ਦੀ ਹੈਲਪ ਕਰਨਾ ਹੀ ਇਨਸਾਨੀਅਤ ਆ, ਇੱਕ ਦੂਜੇ ਦੀ ਹੈਲਪ ਕਰਨ ਨਾਲ ਹੀ ਤੁਸੀਂ ਪਰਮਾਤਮਾ ਤੱਕ ਪਹੁੰਚ ਸਕਦੇ ਹੋ। ਜੇ ਤੁਸੀਂ ਪਰਮਾਤਮਾ ਤੱਕ ਪਹੁੰਚਣਾ ਤਾਂ ਹੈਲਪ ਜ਼ਰੂਰ ਕਰੋ। ਮੈਂ ਜਿਹੜੇ ਸਾਈਨ ਬੋਰਡ ਦੇਖ ਰਿਹਾ ਸੀ, ਮੈਂ ਭਾਅ ਜੀ ਨਾਲ ਗੱਲ ਕਰ ਰਿਹਾ ਸੀ, ਇਹਨਾਂ ਦੀ ਔਰਗਨਾਈਜੇਸ਼ਨ ਜਿਹੜੀ ਆ ਸਿੰਘ ਸੇਵਾ ਸੁਸਾਇਟੀ, ਮੈਨੂੰ ਬਹੁਤ ਚੰਗਾ ਲੱਗਿਆ ਜਦੋਂ ਇਹ ਪੋਸਟਰ ਲੈ ਕੇ ਖੜ੍ਹੇ ਹੋਏ ਸੀ, ਇੰਨੀ ਮਹਾਨ ਸੇਵਾ। ਅੱਜ ਕੱਲ੍ਹ ਤਾਂ ਕਿਸੇ ਕੋਲ ਆਪਣੇ ਕੋਲ ਰੋਟੀ ਖਾਣ ਦਾ ਟਾਈਮ ਨਹੀਂ, ਅਤੇ ਇਹ ਸੇਵਾ ਲਈ ਖੜ੍ਹੇ ਨੇ ਤਾਂ ਬਹੁਤ ਵੱਡੀ ਗੱਲ ਆ। ਉਹ ਵੀ ਸਾਈਨ ਬੋਰਡ ਲੈ ਕੇ, ਛੋਟੇ ਛੋਟੇ ਬੱਚੇ ਪਰੇ, ਮੈਂ ਉਹ ਵੀ ਦੇਖ ਰਿਹਾ ਵਾਂ, ਇੱਕ ਵੀਰ ਉੱਧਰ ਵੀ ਖੜ੍ਹਾ, ਇੱਕ ਵੀਰ ਉੱਧਰ ਵੀ ਖੜ੍ਹਾ, ਦੋ ਵੀਰ ਸਾਡੇ ਵੀ ਖੜ੍ਹੇ ਨੇ, ਮੇਰੇ ਤੋਂ ਵੱਡੇ ਨੇ। ਸੋ ਮੈਂ ਜਦੋਂ ਆਪਣੀ ਔਰਗਨਾਈਜੇਸ਼ਨ ਸ਼ੁਰੂ ਕੀਤੀ ਸੀ ਤਾਂ ਉਹਦੇ ਪਿੱਛੇ ਇੱਕ ਬਹੁਤ ਵੱਡਾ ਕਾਰਨ ਸੀਗਾ। ਕਾਰਨ ਇਹ ਸੀਗਾ ਕਿ ਮੇਰਾ ਬੱਚਾ ਤੁਸੀਂ ਦੇਖ ਰਹੇ ਹੋ, ਛੋਟਾ ਜਿਹਾ ਹੁੰਦਾ ਸੀਗਾ ਜਦੋਂ ਇਹ ਪੈਦਾ ਹੋਇਆ ਸੀਗਾ, ਤਾਂ ਇਹਦਾ ਜਿਹੜਾ ਕਿਡਨੀ ਜਿਹੜੀ ਸੀ, ਇਹਦੀ ਕਿਡਨੀ ਦੇ ਵਿੱਚ ਪ੍ਰੋਬਲਮ ਸੀਗੀ, ਉਹ ਕਿਡਨੀ ਦੀ ਜਿਹੜੀ ਪ੍ਰੋਬਲਮ ਸੀ ਉਹ ਬਹੁਤ ਜ਼ਿਆਦਾ ਵੱਧ ਗਈ ਸੀ। ਕੁਛ ਪ੍ਰੋਬਲਮਸ ਇੱਦਾਂ ਦੀਆਂ ਆਈਆਂ ਸਾਨੂੰ ਜਿਨ੍ਹਾਂ ਨੂੰ ਅਸੀਂ ਬਹੁਤ ਜ਼ਿਆਦਾ ਫੇਸ ਕੀਤਾ, ਬਹੁਤ ਔਖੇ ਹੋ ਗਏ। ਔਰ ਇਹਦੇ ਬੱਚੇ ਦੇ ਇੱਥੇ ਸਟਿਚ ਲੱਗੇ ਹੋਏ ਨੇ, ਦੋ ਓਪਰੇਟ ਹੋ ਚੁੱਕੇ ਨੇ। ਔਰ ਉਸ ਸਿਚੁਏਸ਼ਨ ਦੇ ਵਿੱਚ ਮੇਰੇ ਹਾਲਾਤ ਕੁਛ ਇੱਦਾਂ ਦੇ ਹੋ ਗਏ ਸੀ ਕਿ ਮੇਰੇ ਕੋਲ ਜੋਬ ਵੀ ਹੈ ਨਹੀਂ ਸੀ, ਅਤੇ ਮੇਰੇ ਕੋਲ ਕੰਮ ਵੀ ਹੈ ਨਹੀਂ ਸੀ, ਨਾ ਮੇਰੇ ਕੋਲ ਪੈਸਾ ਸੀਗਾ ਜੋੜਿਆ ਹੋਇਆ ਕਿ ਜਿਹਦੇ ਨਾਲ ਮੈਂ ਇਹਦਾ ਇਲਾਜ ਕਰਵਾ ਪਾਉਂਦਾ। ਉਸ ਦਿਨ ਤੋਂ ਲੈ ਕੇ ਮੈਂ ਇੱਕ ਚੀਜ਼ ਨੂੰ ਦੇਖਦਾ ਆ ਰਿਹਾ ਸੀ, ਉਸ ਟਾਈਮ 'ਤੇ ਸਾਰੇ ਸਾਥ ਛੱਡ ਗਏ ਸੀ, ਚਾਹੇ ਮੇਰੇ ਯਾਰ ਦੋਸਤ ਸੀ ਚਾਹੇ ਕੋਈ ਵੀ ਸੀ, ਮੈਨੂੰ ਬਹੁਤ ਪੁਸ਼ ਕਰਨਾ ਪੈ ਰਿਹਾ ਸੀ ਕਿ ਮੇਰੀ ਮਦਦ ਕਰੋ, ਮੇਰੀ ਹੈਲਪ ਕਰੋ, ਮੇਰੇ ਬੱਚੇ ਨੂੰ ਪ੍ਰੋਬਲਮ। ਮੇਰੇ ਕੋਲ ਦੋ ਹੀ ਵਿਕਲਪ ਬਚ ਰਹੇ ਸੀ, ਜਾਂ ਤਾਂ ਮੈਂ ਮਰ ਜਾਵਾਂ ਅਤੇ ਜਾਂ ਫਿਰ ਕਿਸੇ ਨਾਲ ਲੁੱਟ ਖੋਹ ਕਰਕੇ ਬੱਚੇ ਦਾ ਇਲਾਜ ਕਰਾ ਲਈ। ਇਹ ਦੋ ਹੀ ਚੀਜ਼ਾਂ ਮੇਰੇ ਸਾਹਮਣੇ ਆ ਰਹੀਆਂ ਸੀ। ਫਿਰ ਰੱਬ ਨੇ ਕੁਛ ਸੁਮਤ ਬਖਸ਼ੀ, ਰੱਬ ਨੇ ਮੈਨੂੰ ਰਸਤਾ ਦਿਖਾਇਆ, ਕਿਵੇਂ ਨਾ ਕਿਵੇਂ ਮੇਰੇ ਹਾਲਾਤ ਥੋੜ੍ਹੇ ਜਿਹੇ ਸੁਧਰੇ, ਅਤੇ ਉਸ ਤੋਂ ਇੱਕ ਸੋਚ ਜ਼ਰੂਰ ਪੈਦਾ ਹੋ ਗਈ ਕਿ ਕੁਛ ਇੱਦਾਂ ਦੀ ਚੀਜ਼ ਕੀਤੀ ਜਾਵੇ ਜਿਹਦੇ ਨਾਲ ਮੇਰੇ ਵਰਗੇ, ਜਦੋਂ ਮੇਰੇ ਵਰਗੇ ਹਾਲਾਤ ਕਿਸੇ ਦੇ ਪੈਦਾ ਹੋ ਜਾਣਗੇ ਜਾਂ ਹੋਣਗੇ, ਵੈਸੇ ਮੈਂ ਨਹੀਂ ਚਾਹੁੰਦਾ ਕਿ ਕਿਸੇ ਦੇ ਹੋਣ, ਬਟ ਜੇ ਪੈਦਾ ਹੋ ਜਾਂਦੇ ਆ ਤਾਂ ਉਸ ਬੰਦੇ ਦੀ ਹੈਲਪ ਲਈ ਕੋਈ ਹੋਣਾ ਚਾਹੀਦਾ, ਕੋਈ ਕਿਸੇ ਦੇ ਅੰਦਰ ਇਨਸਾਨੀਅਤ ਜ਼ਰੂਰ ਹੋਣੀ ਚਾਹੀਦੀ ਹੈ। ਕਿਉਂਕਿ ਮੈਂ ਇਨਸਾਨੀਅਤ ਦੇਖੀ ਆ ਮਰੀ ਹੋਈ, ਮੈਨੂੰ ਕਿਸੇ ਨੇ ਮੇਰੀ ਹੈਲਪ ਨਹੀਂ ਸੀ ਕੀਤੀ। ਤੋ ਅੱਜ ਦੀ ਡੇਟ ਦੇ ਵਿੱਚ ਮੈਂ ਇਹੀ ਚਾਹ ਰਿਹਾ ਕਿ ਆਪਾਂ ਜਿਹੜੀ ਮੈਂ ਵਨਨੈਸ ਪੀਪਲ ਫਾਊਂਡੇਸ਼ਨ ਬ੍ਰਦਰਹੁੱਡ NGO ਸਟਾਰਟ ਕੀਤੀ ਆ, ਉਹ ਸਿਰਫ ਮੇਰੇ ਬੱਚੇ ਦੀ ਬਦੌਲਤ ਸਟਾਰਟ ਹੋਈ ਆ, ਕਿਉਂਕਿ ਮੈਂ ਨਹੀਂ ਸੀ ਚਾਹੁੰਦਾ ਕਿ ਕਿਸੇ ਨੂੰ ਵੀ ਕਿਤੇ ਜਾ ਕੇ ਪ੍ਰੋਬਲਮ ਹੋਵੇ ਅਤੇ ਉਹ ਬੰਦਾ ਸਿਰਫ ਇਹੀ ਦੇਖੀ ਜਾਵੇ ਮੇਰੀ ਮਦਦ ਕਰ ਦਿਉ, ਮੇਰੀ ਮਦਦ ਕਰ ਦਿਉ, ਕਹਿਣਾ ਨਾ ਪਵੇ। ਉਸ ਔਰਗਨਾਈਜੇਸ਼ਨ ਦੇ ਵਿੱਚ ਮੈਂ ਖੜਾ ਵਾਂ, ਮੇਰੇ ਵੀਰ ਜਿਹੜੇ ਨੇ ਇਹਨਾਂ ਨੇ ਵੀ ਔਰਗਨਾਈਜੇਸ਼ਨ ਸਿੰਘ ਸੇਵਾ ਸੁਸਾਇਟੀ ਬਹੁਤ ਵੱਡੀ ਸੇਵਾ ਕਰ ਰਹੇ ਨੇ। ਔਰ ਜੇ ਮੈਨੂੰ ਲੱਗਦਾ ਕਿ ਹੌਲੀ ਹੌਲੀ ਅਸੀਂ ਸਮਾਜ ਦੇ ਵਿੱਚ ਇੱਦਾਂ ਹੀ ਸਾਰੇ ਜਾਗਰੂਕ ਹੁੰਦੇ ਗਏ, ਤਾਂ ਮੇਰੇ ਖਿਆਲ ਨਾਲ ਬਹੁਤ ਘੱਟ ਟਾਈਮ ਹੋਊਗਾ ਕਿ ਸਾਡਾ ਜਿਹੜਾ ਪੰਜਾਬ ਆ ਸਵਰਗ ਹੋ ਜੂਗਾ। ਸੋਨੇ ਦੀ ਚਿੜੀ ਕਹਿੰਦੇ ਸੀ, ਸੋਨੇ ਨਾਲੋਂ ਵੱਧ ਹੀ ਹੋ ਜੂਗਾ, ਇਹ ਭਾਵਨਾਵਾਂ ਸਹੀ ਹੋ ਜਾਣ। ਇੱਕ ਦੂਜੇ ਲਈ ਜਿਹੜੀ ਨਫ਼ਰਤ ਆ, ਵਹਿਰ ਆ, ਤਕਰਾਰ ਆ, ਜਿਹੜਾ ਟਾਈਮ ਆ ਅਸੀਂ ਨਹੀਂ ਕੱਢ ਪਾ ਰਹੇ ਇੱਕ ਦੂਜੇ ਲਈ, ਉਹ ਜਦੋਂ ਨਿਕਲਣਾ ਸ਼ੁਰੂ ਹੋ ਜੂਗਾ, ਉਹ ਜਦੋਂ ਮਿਲਣਾ ਸ਼ੁਰੂ ਹੋ ਜੂਗਾ, ਜਦੋਂ ਅਸੀਂ ਜੁੜਨੇ ਸ਼ੁਰੂ ਹੋ ਜਾਵਾਂਗੇ, ਜਦੋਂ ਲੋਕਾਂ ਦੀ ਕਿਰਤਾਰ ਜਿਹੜੇ ਆ ਵਧੀਆ ਹੋਣੇ ਸ਼ੁਰੂ ਹੋ ਜਾਣਗੇ, ਭਾਵਨਾਵਾਂ ਜਿਹੜੀਆਂ ਨੇ ਵਧੀਆ ਹੋਣੀ ਸ਼ੁਰੂ ਹੋ ਜਾਣਗੀਆਂ। ਗੁਰੂ ਸਾਹਿਬ ਦੇ ਜਾ ਕੇ ਮੱਥਾ ਟੇਕਣ ਨਾਲ ਕੋਈ ਫਾਇਦਾ ਨਹੀਂ, ਤੁਸੀਂ ਗੁਰਦੁਆਰਿਆਂ 'ਚ ਜਾਓ, ਮੰਦਰਾਂ 'ਚ ਜਾਓ, ਮਸਜਿਦਾਂ 'ਚ ਜਾਓ, ਜਿੱਥੇ ਮਰਜ਼ੀ ਜਾਓ, ਕੋਈ ਫਾਇਦਾ ਨਹੀਂ ਕਿਤੇ ਜਾ ਕੇ। ਤੁਸੀਂ ਜਿੰਨੇ ਦਾ ਮਰਜ਼ੀ ਮੱਥਾ ਟੇਕੋ, ਜਿੰਨੇ ਦੀ ਮਰਜ਼ੀ ਪਰਚੀ ਕਟਾਓ, ਕੋਈ ਫਾਇਦਾ ਨਹੀਂ ਗਾ। ਜੇ ਤੁਹਾਨੂੰ ਲੱਗਦਾ ਕਿ ਤੁਸੀਂ ਗੁਰੂ ਤੱਕ ਪਹੁੰਚਣਾ ਜਾਂ ਗੁਰੂ ਦੇ ਜਿਹੜੇ ਬਚਨ ਨੇ ਉਹਨਾਂ ਦੇ ਉੱਤੇ ਅਮਲ ਕਰਨਾ, ਤਾਂ ਇਨਸਾਨੀਅਤ ਨੂੰ ਆਪਣੇ ਅੰਦਰ ਜ਼ਿੰਦਾ ਕਰਨ ਦੀ ਬਹੁਤ ਜ਼ਰੂਰਤ ਆ। ਜਿਹੜੇ ਪੈਸੇ ਤੁਸੀਂ ਉੱਥੇ ਜਾ ਕੇ ਮੱਥਾ ਟੇਕਦੇ ਹੋ ਮੰਦਰਾਂ ਦੇ ਵਿੱਚ, ਗੁਰਦੁਆਰਿਆਂ ਦੇ ਵਿੱਚ, ਜੇ ਉਹ ਪੈਸੇ ਤੁਹਾਨੂੰ ਨਹੀਂ ਪਤਾ ਉਹ ਕਿੱਥੇ ਜਾ ਰਹੇ ਆ, ਉਹ ਕੀ ਕਰ ਰਹੇ ਨੇ ਉਹਨਾਂ ਪੈਸਿਆਂ ਦਾ, ਪਰ ਸਾਨੂੰ ਜਿਹੜੇ ਪੈਸੇ ਇੱਥੇ ਕੋਈ ਡੋਨੇਟ ਕਰ ਰਿਹਾ ਵਾ, ਇਹ ਭਾਈ ਸਾਹਿਬ ਨੂੰ ਡੋਨੇਟ ਕਰ ਰਿਹਾ ਵਾ, ਇਹ ਪੈਸੇ ਦਾ ਪਤਾ ਲੱਗਦਾ ਵੀ ਕਿੱਥੇ ਲੱਗ ਰਿਹਾ। ਇੱਕ ਗਰੀਬ ਬੰਦੇ ਦੇ ਉੱਤੇ ਉਹ ਪੈਸਾ ਜਿਹੜਾ ਖਰਚ ਕੀਤਾ ਜਾ ਰਿਹਾ, ਜਿਹਦਾ ਇਲਾਜ ਨਹੀਂ ਸੀ ਹੋ ਪਾ ਰਿਹਾ, ਉਹ ਅੱਜ ਇਲਾਜ ਕਰਵਾ ਕੇ ਕੱਲ੍ਹ ਨੂੰ ਚੱਲਣ ਜੋਗਾ ਆ ਜੂਗਾ ਅਤੇ ਕਮਾਈ ਕਰ ਸਕਦਾ। ਔਰ ਮੇਰੀ ਕੋਸ਼ਿਸ਼ ਇਹ ਵੀ ਆ, ਮੈਂ ਔਰਗਨਾਈਜੇਸ਼ਨ ਜਿੰਨੀਆਂ ਵੀ ਚੱਲਦੀਆਂ ਨੇ,
मैं हरेक नूं कहण दी कोशिश करदा हुंदा कि तुसीं हमेशा एक काम जरूर करया करो, जदों भी तुसीं किसे दा ट्रीटमेंट कराउंदे हो उस बंदे नूं तुसीं अपनी ऑर्गेनाइजेशन च शामिल जरूर करो, उहनूं पुश करो कि वह कर्मा वल चा। कर्मा एक बहुत वड्डी चीज़ आ, कर्मा इदां दी चीज़ आ कि तुसीं जदों अपने कर्म सही करदे हो तुहानूं किते जाण दी लोड़ नहीं, तुहाडी गल रब तक किवें पहुँच जाती है, तुहानूं चीज़ां किवें मिल जांदियां तुसीं वी नहीं सोच सकदे। कर्म करो, फल की इच्छा ना करो, जो तुहाडे दिमाग च चलदे आ तुहानूं मिलेगा जरूर। फल की इच्छा नहीं करनी, और मेरे वीर नूं मैं मिलाना तुहानूं, मैं बहुत ज़्यादा भावुक सीगा इन्हां चीज़ां नूं देख के कि इदां दे जिहड़े किरदार ने किन्नी छेती उभर रहे ने पंजाब दे विच। बहुत सारिया ऑर्गनाइजेशन मैं फेसबुक पर देखता आ रहा हूँ, तो इदा की लौड़ आ सानू जागरूक होवो और हरेक NGO जी है एक दूजे के नाल मिल के जो काम करना स्टार्ट करूगी तो मैं लगता बहुत थोड़ा टाइम लगेगा कि कोई बंदा भुखा नहीं सौगा, कोई बंदा बिना इलाज के नहीं उन्हूँ ए रहना पेगा, ये सारिया चीज़ा साड़िया हल हो जाएगी जे तुम सारे साथ दोगे। मैं हूँ भी देख रहा रोड तो सारे लोग पढ़ के जा रहे हैं, देख के जा रहे हैं, रुक के जा रहे हैं, पढ़ के जो भी लिखा हुआ वो उन्होंने समझ के जा रहे हैं, पर कोई सेवा करने लिए तैयार नहीं होता। क्यों? एक पाठी या एक सिंह आके इतने सेवा करने लिए पर्ची कट्टन लग जाएंगे तो सारे 100-100 रुपया कट देंगे, बट मैनू ये नहीं समझ आती कि तुसी उही चीज़ इतने क्यों नहीं कर सकते। किसी की जान का सवाल है, तो परमात्मा भी तो साडे वर्गियां च ही वसदा वा, बच्चों च वसदा, साडे च वसदा, हर एक चीज़ के परमात्मा वा, फिर तुसी किसी की भावना की कदर क्यों नहीं करते? मेरे सवाल ने कुछ तो मैं भाजी नाल गल करूँगा 10 मिनट लिए कि इन्हां दी जिहड़ी सोसाइटी आ उह किहड़ी जगह दे उत्ते आ, ते किन्नी वार इदां दे कैंप जिहड़े ऑर्गनाइज़ करदे ने ताकि तुहानूं पता लग सके इन्हां दे टाइम दा, इन्हां दे शड्यूल दा, कित्थे कित्थे कैंप ऑर्गनाइज़ हुंदे ने, ताकि किसी की भी जो भावना हैगी आ कि सेवा करन दी उह मैनूं कॉन्टैक्ट कर सकदा, भाजी उहनां नूं कॉन्टैक्ट कर सकदा, मेरी ऑर्गनाइजेशन तों मैं लाइव हो रहा वा, बट इन्हां दे नाल वी उह कॉन्टैक्ट कर सकदा। तुसीं जिते इन्हां दे नंबर पढ़ सकते हो, इन्हां दी सेवा सोसाइटी का नाम पढ़ सकते हो, इन्हां नाल तुसीं फोन ते भी गल कर सकदे। मैं 2 मिनट लई तुहानूं गल कराना। भाजी सत श्री अकाल जी। ਭਾਈ ਦਾ ਨਾਮ ਰਜਿੰਦਰ ਸਿੰਘ ਆ, ਔਰ ਬਹੁਤ ਵੱਡੀ ਸੇਵਾ ਭਾਜੀ ਜਿਹੜੀ ਤੁਸੀਂ ਕਰ ਰਹੇ ਹੋ। ਮੈਂ ਮਤਲਬ ਬਹੁਤ ਭਾਵੁਕ ਹੋ ਗਿਆ ਸੀ, ਪਹਿਲਾਂ ਮੈਂ ਲੰਘ ਕੇ ਗਿਆ, ਮੈਂ ਕੰਮ ਗਿਆ ਸੀਗਾ, ਮੇਰੀ ਰੁਕਣ ਦੀ ਬੜੀ ਇੱਛਾ ਸੀਗੀ, ਕੁਛ ਟ੍ਰੈਫਿਕ ਹੋਣ ਕਰਕੇ ਮੈਂ ਗੱਡੀ ਨਹੀਂ ਟਰਨ ਕਰ ਪਾਇਆ, ਬਟ ਹੁਣ ਮੈਂ ਮੁੜ ਕੇ ਆਇਆ ਤਾਂ ਮੇਰੀ ਤਮੰਨਾ ਇਹੀ ਸੀ ਕਿ ਮੈਂ ਰੁਕ ਕੇ ਜਾਵਾਂ, ਉਹ ਜਾਣ ਨਾ, ਉਹ ਇੱਥੋਂ ਜਾਣ ਨਾ, ਮੈਂ ਮਿਲ ਕੇ ਜਾਣਾ ਉਹਨਾਂ ਨੂੰ ਜਿਹੜੀ ਐਡੀ ਵੱਡੀ ਸੇਵਾ ਉਹ ਕਰ ਰਹੇ ਨੇ। ਇੰਨਾ ਟਾਈਮ ਅੱਜ ਕੱਲ੍ਹ ਰੋਟੀ ਖਾਣ ਦਾ ਟਾਈਮ ਹੈ ਨਹੀਂ, ਅਤੇ ਸੇਵਾ ਲਈ ਟਾਈਮ ਕੱਢਣਾ ਬਹੁਤ ਵੱਡੀ ਗੱਲ, ਔਰ ਇਹ ਜੀ ਸੇਵਾ ਜਿਹੜੀ ਕਿਸੇ ਲਈ ਕੀਤੀ ਹੈ। ਸੋ ਕਹਿਣ ਦਾ ਮਤਲਬ ਹੈ ਭਾਜੀ ਤੁਸੀਂ ਮੈਨੂੰ ਆਪਣੀ ਸੋਸਾਇਟੀ ਬਾਰੇ ਦੱਸੋ, ਕਦੋਂ ਸ਼ੁਰੂ ਕੀਤੀ, ਕਿੱਦਾਂ ਕੀਤਾ, ਕਿੱਦਾਂ ਤੁਸੀਂ ਇਹ ਕੈਂਪ ਔਰਗਨਾਈਜ਼ ਕਰਦੇ ਹੋ, ਔਰ ਕਿੱਥੇ ਕਿੱਥੇ ਕਰਦੇ ਹੋ, ਤਾਂ ਕਿ ਜਿਹੜੇ ਲੋਕ ਇਸ ਗੱਲ ਨੂੰ ਸਮਝ ਰਹੇ ਨੇ, ਜਿਹੜੇ ਜਿਨ੍ਹਾਂ ਦੀ ਕੰਨਾਂ ਤੱਕ ਇਹ ਆਵਾਜ਼ ਜਾ ਰਹੀ ਆ, ਤਾਂ ਉਹ ਤੁਹਾਡੇ ਤੱਕ ਪਹੁੰਚ ਸਕਣ ਅਤੇ ਸੇਵਾ 'ਚ ਯੋਗਦਾਨ ਪਾ ਸਕਣ। ਅੱਗੇ ਵੀਰ ਜੀ ਸਾਡੇ ਕੋਲ ਆਏ, ਪਹਿਲੇ ਤਾਂ ਇਹ ਗੱਲ ਦੀ ਬੜੀ ਖੁਸ਼ੀ ਹੋਈ ਕਿ ਸਾਨੂੰ ਮਿਲੇ। ਇਹਨਾਂ ਨੇ ਆਪਣੀ ਹੱਟ ਬੀਤੀ ਵਿੱਚ ਦੱਸੀ ਕਿ ਜੋ ਜੋ ਜ਼ਿੰਦਗੀ ਦੇ ਵਿੱਚ ਇਹਨਾਂ ਦੇ ਨਾਲ ਹੋਇਆ, ਸੋ ਕੋਈ ਨਾ ਕੋਈ ਜ਼ਿੰਦਗੀ ਦੇ ਵਿੱਚ ਐਸਾ ਹਾਦਸਾ ਹੁੰਦਾ ਕਿ ਸਾਨੂੰ ਪ੍ਰੇਰਿਤ ਕਰਦਾ ਵੀ ਅਸੀਂ ਕਿਹੜੇ ਚੰਗੇ ਕੰਮ ਕਰ ਸਕੀਏ, ਵੀ ਲੋਕਾਂ ਦੀ ਸੇਵਾ ਹੋ ਸਕੇ, ਸਹੀ ਸਾਨੂੰ ਢੰਗ ਅਤੇ ਤਰੀਕਾ ਮਿਲ ਸਕੇ ਸੇਵਾ ਕਰਨ ਦਾ। ਸੋ ਬੜੀ ਵਧੀਆ ਲੱਗੀ ਗੱਲ, ਅਤੇ ਬਾਕੀ ਸਾਡੀ ਜਿਹੜੀ ਆ NGO ਸੀਨੀਅਰ ਸੇਵਾ ਸੁਸਾਇਟੀ, ਅਸੀਂ ਤਕਰੀਬਨ ਡੇਲੀ ਕੈਂਪ ਲਾਈਦਾ ਜੀ ਅਲੱਗ ਅਲੱਗ ਜਗ੍ਹਾ 'ਤੇ, ਅਤੇ ਟਾਈਮਿੰਗ ਸਾਡੀ ਤਕਰੀਬਨ 6 ਤੋਂ ਲੈ ਕੇ 10 ਵਜੇ ਤੱਕ ਹੁੰਦੀ ਹੈ ਜੀ, ਔਰ ਅਸੀਂ ਉਹ ਪਰਿਵਾਰਾਂ ਦੀ ਹੈਲਪ ਕਰੀਦੀ ਆ ਜਿਹੜੇ ਕਿ ਬਿਲਕੁਲ ਹੀ ਗੇਰੇ ਇਲਾਜ ਆ, ਜਿਹੜੇ ਨਹੀਂ ਆਪਣਾ ਇਲਾਜ ਕਰਵਾ ਸਕਦੇ। ਆਹ ਵੀ ਵੀਰ ਕਿਰਾਏ 'ਤੇ ਰਹਿ ਰਿਹਾ ਮਕਾਨ 'ਚ, ਅਤੇ ਇਹਨਾਂ ਦੀ ਹੈਲਪ ਮਤਲਬ ਤਕਰੀਬਨ 1 ਮਹੀਨੇ ਤੋਂ ਇਲਾਜ ਚੱਲ ਰਿਹਾ ਵਾ, ਅਤੇ ਕਈ ਦਿਨਾਂ ਤੋਂ ਮੁੰਡੇ ਆ ਰਹੇ ਸੀ ਵੀ ਇਹਨਾਂ ਦੀ ਹੈਲਪ ਕਰੋ, ਸੋ ਹੋਰ ਵੀ ਕੇਸ ਚੱਲਦੇ ਨੇ, ਅਤੇ ਵਾਹਿਗੁਰੂ ਕਿਰਪਾ ਕਰਦਾ ਵਾ ਲੋਕ ਚਲੋ ਜੋ ਡੋਨੇਸ਼ਨ ਦਿੰਦੇ ਹਰ ਜਗ੍ਹਾ 'ਤੇ ਅਸੀਂ ਥੋੜ੍ਹੀ ਥੋੜ੍ਹੀ ਕਰਕੇ ਹੋਸਪਿਟਲ ਦੇ ਵਿੱਚ ਡਾਇਰੈਕਟ ਜਮ੍ਹਾਂ ਕਰਵਾ ਦੇਈ ਦੀ ਆ ਜੀ। ਅਤੇ ਦਫ਼ਤਰ ਸਾਡਾ ਜਿਹੜਾ ਹੈਗਾ ਵਾ ਸ਼ਿਮਲਾਪੁਰੀ ਲੁਹਾਰੇ ਪਿੰਡ ਦੇ ਲਾਗੇ ਜੁਝਾਰ ਨਗਰ 'ਤੇ ਆ ਜੀ, ਅਤੇ ਬਹੁਤ ਵਧੀਆ ਵੀਰ ਜੀ ਉਹਨਾਂ ਦੇ ਵਿਚਾਰ ਲੱਗੇ ਨੇ, ਅਤੇ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਕੰਮ ਆ, ਵਾਕਈ ਰੱਬ ਜਿਹੜਾ ਵਾ ਕਿੱਥੇ ਵੱਸਦਾ। ਸਹੀ ਗੱਲ ਕੀਤੀ ਵੀਰ ਨੇ, ਚਲੋ ਆਪਾਂ ਨੂੰ ਮੰਦਰ ਮਸਜਿਦ ਜਾਂ ਗੁਰਦੁਆਰੇ ਦੇ ਵਿੱਚ ਮੱਥਾ ਟੇਕਣਾ ਵੀ ਜ਼ਰੂਰੀ, ਗੁਰੂ ਮੰਗਣਾ ਕਿੱਥੋਂ, ਆਪਾਂ ਗੁਰੂ ਤੋਂ ਹੀ ਮੰਗਣਾ, ਪਰ ਇਹ ਆ ਵੀ ਜਿਹੜੇ ਗਾਂ ਸਾਂਭ ਸੰਭਾਲ ਕਰਦੇ ਆ, ਜਿੱਥੇ ਆਪਾਂ ਲੋਕ ਪੈਸਾ ਦਾਨ ਕਰਦੇ ਆ, ਅਗਰ ਉੱਥੋਂ ਜਾ ਕੇ ਆਪਾਂ ਕਿਸੇ ਕੋਲ 5,000 ਦੀ ਵੀ ਹੈਲਪ ਮੰਗ ਲਈਏ ਤਾਂ ਕੋਈ ਨਹੀਂ ਦਿੰਦਾ। 5,000 ਤਾਂ ਦੂਰ ਤੋਂ 100 ਰੁਪਈਆ ਨਹੀਂ, 100 ਰੁਪਈਆ ਰੱਖ ਕੇ ਦੁਬਾਰਾ ਚੁੱਕ ਲਓ
ਤਾਂ ਲੋਕ ਕਹਿਣਗੇ ਜੀ ਇਹ ਚੋਰ ਆ। ਮੇਰੇ ਵੀਰ ਇੱਦਾਂ ਦੇ ਜਿਹੜੇ ਰਲ ਕੇ ਆਪਸ ਵਿੱਚ ਹੈਲਪ ਕਰਦੇ ਨੇ, ਬਹੁਤ ਵਧੀਆ, ਬਹੁਤ ਖੁਸ਼ੀ ਹੋਈ ਵੀਰ ਨੂੰ ਅੱਜ ਮਿਲ ਕੇ। ਅਗਾਂਹ ਵੀ ਵੀਰ ਨੂੰ ਮਿਲਦੇ ਰਹਾਂਗੇ ਅਤੇ ਤੁਹਾਡੇ ਨਾਲ ਚਲੋ ਵਿਚਾਰ ਸਾਂਝੇ ਹੁੰਦੇ ਰਹਿਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸੋ ਇਹ ਸੀਗੇ ਭਾਅ ਜੀ ਜਿਨ੍ਹਾਂ ਨੂੰ ਮੈਂ ਮਿਲਿਆ, ਵਿਚਾਰ ਇਹਨਾਂ ਦੇ ਵੀ ਬਹੁਤ ਸੋਹਣੇ ਨੇ ਅਤੇ ਹੁਣ ਸਿਰਫ ਕਰਮ ਕਰਨ ਦੀ ਲੋੜ ਆ। ਕਰਮ 'ਤੇ ਫੋਕਸ ਕਰੋ। ਗੁਰੂਆਂ ਨੇ ਕਰਮ ਕਰਨ ਨੂੰ ਕਿਹਾ ਵਾ, ਨਾ ਕਿ ਭਰਮ ਕਰਨ ਨੂੰ ਕਿਹਾ ਵਾ। ਅਸੀਂ ਭਰਮਾਂ 'ਚ ਬਹਿ ਗਏ ਹਾਂ, ਕਰਮਾਂ ਨੂੰ ਭੁੱਲ ਗਏ ਹਾਂ। ਕਰਮਾਂ ਹੀ ਉਹ ਚੀਜ਼ ਆ ਜਿਹੜੀ ਤੁਹਾਨੂੰ ਗੁਰੂ ਤੱਕ ਪਹੁੰਚਾ ਸਕਦੀ ਆ। ਸਾਡਾ ਇਨਸਾਨੀ ਜਨਮ ਜਿਹੜਾ ਹੋਇਆ ਵਾ ਉਹ ਰੱਬ ਨੂੰ ਮਿਲਣ ਲਈ ਹੋਇਆ ਵਾ। ਔਰ ਰੱਬ ਨੂੰ ਮਿਲਣ ਲਈ ਕੀ ਕਰਨਾ ਪੈਣਾ? ਸਾਨੂੰ ਰੱਬ ਦੇ ਜਿਹੜੇ ਲਿਖੇ ਹੋਏ ਬੋਲ ਨੇ, ਵਿਚਾਰ ਨੇ, ਉਹਨਾਂ ਨੂੰ ਆਪਣੇ ਅਮਲ ਰੂਪ ਦੇ ਵਿੱਚ ਲੈ ਕੇ ਆਉਣਾ ਪੈਣਾ ਅਤੇ ਸਾਨੂੰ ਉਹੋ ਜਿਹੇ ਕਿਰਦਾਰ ਪੈਦਾ ਕਰਨੇ ਪੈਣੇ ਆਪਣੇ ਅੰਦਰ, ਤਦ ਜਾ ਕੇ ਅਸੀਂ ਰੱਬ ਤੱਕ ਪਹੁੰਚ ਸਕਦੇ ਹਾਂ। ਤਾਂ ਕੁਛ ਕੁ ਬੰਦੇ ਮੈਨੂੰ ਦੇਖਦੇ ਨੇ ਜਿਹੜੇ ਹੁਣ ਭਾਅ ਜੀ ਇਹ ਵੀ ਡੋਨੇਟ ਕਰਕੇ ਗਏ ਨੇ, ਪਰ ਇੱਕ ਚੀਜ਼ ਮੈਂ ਹੋਰ ਕਹਿ ਦਿੰਦਾ, ਕਮਾਈਆਂ ਬਹੁਤ ਜ਼ਿਆਦਾ ਨੇ, 20,000, 25,000, 30,000, ਲੱਖ ਲੱਖ ਵੀ ਕਮਾਈਆਂ ਨੇ, ਪਰ ਡੋਨੇਸ਼ਨ ਸੇਵਾ ਹੋਰ ਜਗ੍ਹਾ 'ਤੇ ਲੱਖ ਲੱਖ ਰੁਪਈਆ ਜਾਊਗੀ। ਕੋਈ ਬਾਬਾ ਹੋਵੇ, ਕੁਛ ਵੀ ਹੋਵੇ, ਉਹਦੇ ਕੋਲ ਲੱਖ ਲੱਖ ਰੁਪਈਆ ਡੋਨੇਸ਼ਨ ਜਾਊਗੀ, ਬਟ ਜਦੋਂ ਕਿਸੇ ਦੀ ਹੈਲਪ ਦੀ ਲੋੜ ਹੁੰਦੀ ਆ ਉੱਥੇ ਸਿਰਫ 10 ਰੁਪਏ ਜਾਂ 5 ਰੁਪਏ ਹੀ ਨਿਕਲਦੇ ਨੇ। ਮੈਨੂੰ ਇਹ ਸਮਝ ਨਹੀਂ ਆਈ ਕਿ ਉਹ 5 ਰੁਪਏ ਉਹ ਵੀ ਨਾ ਦਿਓ, ਦੇਣ ਦੀ ਲੋੜ ਨਹੀਂ। ਸੇਵਾ 'ਚ ਨਾਮ ਕਰਨਾ ਜ਼ਰੂਰੀ ਨਹੀਂ ਹੈ, ਸੇਵਾ 'ਚ ਭਾਵਨਾ ਹੋਣੀ ਚਾਹੀਦੀ ਹੈ। ਉਹ ਭਾਵਨਾ ਕੀ ਆ? ਤੁਸੀਂ ਸਿਰਫ ਦਿਖਾਵਾ ਕਰਦੇ ਹੋ, ਪਰ ਦਿਖਾਵਾ ਨਹੀਂ ਕਰਨਾ। ਸੇਵਾ ਚਾਹੇ 5 ਰੁਪਏ ਦੀ ਹੋਵੇ ਪਰ ਭਾਵਨਾ ਸਹੀ ਹੋਣੀ ਚਾਹੀਦੀ ਹੈ। ਜਿਹੜੇ ਬੰਦੇ ਦੇ ਕੋਲ 1,00,000 ਰੁਪਈਆ ਉਹਦੀ ਤਨਖਾਹ ਵਾ, ਸੈਲਰੀ ਆਉਂਦੀ ਹੈ, ਜੇ ਉਹ 5-7,000 ਰੁਪਈਆ ਦੇ ਵੀ ਦਊਗਾ ਤਾਂ ਕੋਈ ਵੱਡੀ ਗੱਲ ਨਹੀਂ। ਮੇਰੇ ਵਰਗੇ ਬੰਦੇ ਦੀ 20,000 ਆਉਂਦੀ ਹੈ ਤਾਂ 22,000 ਆਉਂਦੀ ਹੈ, ਮੈਂ 2,000-4,000 ਕੱਢ ਵੀ ਦਊਂਗਾ ਤਾਂ ਕੋਈ ਗੱਲ ਨਹੀਂ, 1 ਮਹੀਨਾ ਘੱਟ ਖਾ ਲਾਂਗੇ। ਪਰ ਜਦੋਂ ਕਿਸੇ ਦੀ ਜਾਨ ਬਚਦੀ ਆ ਤੁਹਾਡੇ ਥੋੜ੍ਹਾ ਜਿਹਾ ਸਹਿਯੋਗ ਕਰਨ ਨਾਲ, ਉਹ ਸਕੂਨ ਜਿਹੜਾ ਮਿਲਦਾ ਵਾ, ਮੇਰੇ ਖਿਆਲ ਨਾਲ ਮੈਨੂੰ ਤਾਂ ਅੱਜ ਤੱਕ ਜਿੰਨਾ ਵੀ ਸਕੂਨ ਮਿਲਿਆ ਲੋਕਾਂ ਦੀ ਸੇਵਾ ਕਰਨ ਨਾਲ ਹੀ ਮਿਲਿਆ ਵਾ। ਔਰ ਮੈਂ ਬਹੁਤ ਛੋਟੇ ਲੈਵਲ ਤੋਂ, ਮੇਰੇ ਕੋਲ ਕੰਮ ਨਹੀਂ ਸੀ, ਮੈਂ 3,000 'ਤੇ ਕੰਮ ਕੀਤਾ, 4,000 'ਤੇ ਕੰਮ ਕੀਤਾ, 6,000 'ਤੇ ਕੰਮ ਕੀਤਾ, ਜਿਵੇਂ ਜਿਵੇਂ ਮੈਂ ਕੰਮ ਕਰਦਾ ਗਿਆ, ਬਟ ਕੰਮ ਦੇ ਨਾਲ ਮੈਂ ਕਰਮ ਕਰਦਾ ਗਿਆ। ਔਰ ਕਰਮ ਜਦੋਂ ਕੀਤੇ, ਕਰਮ ਨੇ ਮੈਨੂੰ ਐਸਾ, ਮੈਂ ਕੋਲ ਆਈ ਤੁਹਾਨੂੰ, ਮੈਂ ਆਪਣੀ ਗੱਲ ਕਰ ਰਿਹਾ ਸੀ, ਦੁਬਾਰਾ ਫਿਰ ਦੁਹਰਾ ਦਿੰਦਾ ਕਿ ਮੈਂ 3,000, 2,000 ਮੈਂ ਇੱਦਾਂ ਘਰ ਵੀ ਚਲਾਇਆ, ਮੈਂ ਬਹੁਤ ਛੋਟੇ ਲੈਵਲ ਤੋਂ ਉੱਪਰ ਕਿਵੇਂ ਆਇਆ। ਜੇ ਮੇਰੀ ਐਜੂਕੇਸ਼ਨ ਦੀ ਗੱਲ ਕਰੋ ਤਾਂ ਮੈਨੂੰ ਨਹੀਂ ਲੱਗਦਾ ਕਿ ਮੈਂ ਬਹੁਤ ਪੜ੍ਹਿਆ ਹੋਇਆ, ਪਰ ਜੇ ਅੱਜ ਮੇਰੇ ਲੈਵਲ ਦੀ ਗੱਲ ਕਰੋ ਤਾਂ ਮੇਰੇ ਕਰਮ ਨੇ, ਜੋ ਮੈਂ ਕਰਮ ਕਰ ਰਿਹਾ ਬਿਨਾਂ ਇੱਛਾ ਦੇ, ਕਿ ਕੋਈ ਬੰਦਾ ਭੁੱਖਾ ਨਹੀਂ ਸੋਣਾ ਚਾਹੀਦਾ, ਅਸੀਂ ਇੱਕ ਫੂਡ ਡਰਾਈਵ ਵੀ ਸ਼ੁਰੂ ਕਰ ਰਹੇ ਹਾਂ ਲੋਕਾਂ ਦੀ ਹੈਲਪ ਵਾਸਤੇ, ਜਾਂ ਜਿਹੜੇ ਭੁੱਖੇ ਲੋਕ ਬੈਠੇ ਨੇ ਕੋਲਾਂ ਦੇ ਥੱਲੇ, ਬੱਚੇ ਨੇ ਜਿਹੜੇ ਤਰਸ ਜਾਂਦੇ ਨੇ ਉਹਨਾਂ ਚੀਜ਼ਾਂ ਨੂੰ ਖਾਣ ਲਈ ਜਿਹੜੇ ਸਾਡੇ ਬੱਚੇ ਖਾ ਕੇ ਸਿੱਟ ਦਿੰਦੇ ਨੇ, ਠੀਕ ਹੈ। ਤਾਂ ਮੇਰੀ ਕੋਸ਼ਿਸ਼ ਇਹ ਆ ਕਿ ਉਹਨਾਂ ਤੱਕ ਖਾਣਾ ਪਹੁੰਚੇ ਅਤੇ ਜਿਹੜੇ ਲੋਕਾਂ ਦਾ ਇਲਾਜ ਨਹੀਂ ਹੋ ਪਾ ਰਿਹਾ ਉਹਨਾਂ ਦਾ ਇਲਾਜ ਹੋ ਪਾਵੇ। ਇਹੀ ਕਰਮਾਂ ਵਾ, ਇਹੀ ਸੇਵਾ ਵਾ, ਇਹੀ ਗੁਰੂ ਦੇ ਜਿਹੜੇ ਵਚਨ ਨੇ ਕਿ ਇੱਕ ਦੂਜੇ ਦੇ ਅੰਦਰ ਇਨਸਾਨੀਅਤ ਪੈਦਾ ਹੋਵੇ, ਇੱਕ ਦੂਜੇ ਦੇ ਅੰਦਰ ਇਹ ਭਾਵਨਾ ਪੈਦਾ ਹੋਵੇ ਤਾਂ ਕਿ ਅਸੀਂ ਰਲ ਕੇ ਸੇਵਾ ਕਰ ਸਕੀਏ। ਮੈਂ ਇੱਕ ਵੀਰ ਹੋਰ ਆਇਆ ਸਾਡਾ, ਸੋਨੂੰ ਭਾਅ ਜੀ, ਆ ਰਾਜੂ ਭਾਅ ਜੀ, ਅਤੇ ਇਹ ਵੀਰ ਹੁਣੇ ਦਿੱਲੀ ਤੋਂ ਗੇੜਾ ਲਾ ਕੇ ਆਇਆ ਵਾ ਅਤੇ ਆਉਂਦੇ ਆ ਸਾਰੇ ਸਾਡੇ ਕੈਂਪ 'ਚ ਆ ਗਿਆ। ਇਹ ਵੀਰ ਮਤਲਬ ਦੇਖ ਲਓ ਕਿ ਦਿੱਲੀ ਤੋਂ ਸਵੇਰੇ ਜਾ ਕੇ ਸ਼ਾਮ ਨੂੰ ਵਾਪਸ ਆਉਣਾ ਡਰਾਈਵ ਕਰਕੇ ਅਤੇ ਫਿਰ ਕੈਂਪ 'ਚ ਆ ਜਾਣਾ ਅਤੇ 12 ਵਜੇ ਤੱਕ ਇੱਥੇ 10 ਤੋਂ 12 ਵੱਜ ਜਾਂਦੇ, ਸਾਨੂੰ ਘਰ ਪਹੁੰਚਦੇ ਹਾਂ। ਹਾਂਜੀ, ਅਤੇ ਬੜੀ ਵੱਡੀ ਇਹ ਸੇਵਾ ਕਰਦੇ ਨੇ ਵੀਰ ਸਾਰੇ ਰਲ ਕੇ। ਅਤੇ ਇਹਦੇ ਨਾਲ ਨਾਲ ਮੇਰੇ ਤੋਂ ਹੋਰ ਛੋਟੀ ਜਿਹੀ ਗੱਲ ਰਹਿ ਗਈ ਸੀ, ਜੋ ਵੀ ਸਾਨੂੰ ਡੋਨੇਸ਼ਨ ਇਕੱਠੀ ਹੁੰਦੀ ਆ ਉਹਦੇ ਵਿੱਚੋਂ ਅਸੀਂ 30% ਬੱਚਿਆਂ ਲਈ ਰੱਖ ਰਹੇ ਹਾਂ, ਕਿਉਂਕਿ ਬੱਚਿਆਂ ਦੀ ਜਿਹੜੀ ਪੜ੍ਹਾਈ ਹੈ ਨਾ ਉੱਤੇ ਵੀ ਜ਼ੋਰ ਦੇਣਾ ਬਹੁਤ ਜ਼ਰੂਰੀ ਹੈ। ਅੱਜ ਕੱਲ੍ਹ ਮਤਲਬ ਐਜੂਕੇਸ਼ਨ ਤੋਂ ਬੱਚੇ ਬਹੁਤ ਪਿੱਛੇ ਆ, ਆਪਾਂ ਨੂੰ ਸਾਡੇ ਹੱਕ ਹੀ ਨਹੀਂ ਪਤਾ ਵੀ ਸਾਡੇ ਨਹੀਂ ਪੜ੍ਹ ਸਕਦੇ। ਅਗਰ ਉਹਨਾਂ ਦੀ ਪੜ੍ਹਾਈ 'ਤੇ ਆਪਾਂ 30% ਡੋਨੇਸ਼ਨ ਦਾ ਲਾਭ ਹੀ ਦੇਵਾਂਗੇ ਨਾ ਅਤੇ ਬੱਚੇ ਪੜ੍ਹ ਲਿਖ ਕੇ ਵਧੀਆ ਅਫਸਰ ਬਣਨਗੇ ਤਾਂ ਉਹਨਾਂ ਦੇ ਮਨ ਦੇ ਵਿੱਚ ਬੜੀ ਭਾਵਨਾ ਹੋਊਗੀ ਵੀ ਆਪਾਂ ਕਿੱਥੋਂ ਚੱਲੇ ਅਤੇ ਕਿੱਥੇ ਪਹੁੰਚ ਗਏ ਹਾਂ ਅਤੇ ਕਿਸ ਦੇ ਕਾਰਨ ਪਹੁੰਚੇ ਹਾਂ। ਬਾਕੀ ਬਹੁਤ ਚੰਗਾ ਲੱਗਿਆ ਭਾਅ ਜੀ ਤੁਹਾਡੇ ਨਾਲ, ਬਹੁਤ ਵੱਡੀ ਸੇਵਾ ਕਰ ਰਹੇ ਨੇ, ਬਹੁਤ ਜਲਦੀ ਦੁਬਾਰਾ ਫਿਰ ਮਿਲਾਂਗੇ। ਔਰ ਮੈਨੂੰ ਮੌਕਾ ਲੱਗਿਆ ਤਾਂ ਮੈਂ ਵੀ ਕਦੀ ਇੱਦਾਂ ਬੈਨਰ ਫੜ ਕੇ ਤੁਹਾਡੇ ਨਾਲ ਜ਼ਰੂਰ ਖੜੂੰਗਾ, ਠੀਕ ਹੈ। ਬਹੁਤ ਬਹੁਤ ਧੰਨਵਾਦ ਭਾਅ ਜੀ, ਤੁਸੀਂ ਥੋੜ੍ਹਾ ਜਿਹਾ ਟਾਈਮ ਵੀ ਦਿੱਤਾ ਮੈਨੂੰ, ਔਰ ਜੇ ਮੇਰੇ ਲਾਇਕ ਸੇਵਾ ਹੋਈ ਮੈਨੂੰ, ਠੀਕ ਹੈ ਭਾਅ ਜੀ, ਥੈਂਕ ਯੂ, ਥੈਂਕ ਯੂ ਸਰ।